ਸਾਹਿਬਾਨ ਆਏ ਸੀਗੇ ਅਸੀਂ ਸਾਰੇ ਇਕੱਠੇ ਹੋ ਗਏ ਵੀ ਅਸੀਂ ਚੱਲ ਗੋਲਪ ਖੋਲਦੇ ਹਾਂ ਅਤੇ ਸਾਡੇ ਆਉਣ ਤੋਂ ਪਹਿਲਾਂ 15-20 ਮਿੰਟ ਪਹਿਲਾਂ ਇੱਥੋਂ ਗੁਆਂਢ ਦਾ ਹੀ ਆ ਮੁੰਡਾ ਪਾਸੇ ਦਾ ਮਗਲੀ ਗਲੀ ਦਾ ਉਹ ਤਕਰੀਬਨ ਸਾਡੇ ਤੋਂ ਅੱਧਾ ਕੁ ਘੰਟਾ ਪਹਿਲਾਂ ਸਾਡੇ ਕੋਲੋਂ ਗੋਲ ਖੋਲ ਕੇ ਪੱਟ ਕੇ ਜਿੰਦਰਾਂ ਦੇ ਪੈਸੇ ਲੈ ਗਏ ਸਾਰੇ ਕਿਤੇ ਕਿੰਨੇ ਰੁਪਏ ਲੈ ਗਏ ਅੰਦਾਜ਼ਾ ਹੋਊਗਾ 25,000 ਰੁਪਈਏ ਦੇ 20 ਤੋਂ 25 ਦੇ ਵਿੱਚ ਵਿੱਚ ਕੋਈ ਪੁਲਿਸ ਕੋ ਕੋਈ ਸੂਚਨਾ ਦੀ ਇਸਕੇ ਬਾਰੇ ਉਸ ਕੋ ਸੂਚਨਾ ਦੇ ਦੀ ਹੈ ਸ਼ਹੀਦ ਬਾਬਾ ਅਹਿਮਦ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਚੋਰੀ ਹੋਈ ਜੀ ਮੈਂ ਬਾਹਰ ਪ੍ਰੋਗਰਾਮ 'ਤੇ ਗਿਆ ਸੀਗਾ ਬੱਚੇ 'ਤੇ ਸੀਗੇ ਦੋ ਪ੍ਰੋਗਰਾਮ ਸੀਗੇ ਜੀ ਇੱਥੇ ਅਤੇ ਦਰਬਾਰ ਸਾਹਿਬ ਖੁੱਲ੍ਹਾ ਸੀਗਾ ਬੱਚਿਆਂ ਨੂੰ ਪਤਾ ਲੱਗਿਆ ਬੱਚੇ ਉੱਪਰ ਚਲੇ ਗਏ ਪ੍ਰਸ਼ਾਦਾ ਛਕਣ ਵਾਸਤੇ ਅਤੇ 10-15 ਮਿੰਟਾਂ ਵਿੱਚ ਹੀ ਗੁੜ ਭੰਨ ਕੇ ਕੋਈ ਲੈ ਗਏ ਐਲ ਸੀ ਡੀ ਥੱਲੇ ਲੱਗੀ ਹੋਈ ਹੈ ਜੀ ਅਤੇ ਇਸ ਕਰਕੇ ਪਤਾ ਲੱਗਾ ਜੀ ਇਹਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਪਹਿਚਾਣ 'ਤੇ ਕੋਈ ਆਇਆ ਕੋਈ ਬੰਦਾ ਕੌਣ ਸੀ ਹਾਂਜੀ ਪਹਿਚਾਣ ਦੇ ਵਿੱਚ ਆਇਆ ਜੀ ਇੱਥੋਂ ਦਾ ਬੰਦਾ ਜੀ ਉਹ ਚਿੱਟਾ ਬਿੰਦਾ ਉਹ ਪਹਿਚਾਣ ਦੇ ਵਿੱਚ ਆਇਆ ਜੀ ਤੋ ਸੀ ਸੀ ਟੀ ਵੀ ਕੈਮਰਿਆਂ ਦੇ ਵਿੱਚ ਕੈਦ ਹੈ ਜੀ ਸਾਹਿਬਾਨ ਆਏ ਸੀਗੇ ਅਸੀਂ ਸਾਰੇ ਇਕੱਠੇ ਹੋ ਗਏ ਵੀ ਅਸੀਂ ਚੱਲ ਗੋਲਪ ਖੋਲਦੇ ਹਾਂ ਅਤੇ ਸਾਡੇ ਆਉਣ ਤੋਂ ਪਹਿਲਾਂ 15-20 ਮਿੰਟ ਪਹਿਲਾਂ ਇੱਥੋਂ ਗੁਆਂਢ ਦਾ ਹੀ ਆ ਮੁੰਡਾ ਪਾਸੇ ਦਾ ਮਗਲੀ ਗਲੀ ਦਾ ਉਹ ਤਕਰੀਬਨ ਸਾਡੇ ਤੋਂ ਅੱਧਾ ਕੁ ਘੰਟਾ ਪਹਿਲਾਂ ਸਾਡੇ ਕੋਲੋਂ ਗੋਲ ਖੋਲ ਕੇ ਪੱਟ ਕੇ ਜਿੰਦਰਾਂ ਦੇ ਪੈਸੇ ਲੈ ਗਏ ਸਾਰੇ ਕਿਤੇ ਕਿੰਨੇ ਰੁਪਏ ਲੈ ਗਏ ਅੰਦਾਜ਼ਾ ਹੋਊਗਾ 25,000 ਰੁਪਈਏ ਦੇ 20 ਤੋਂ 25 ਦੇ ਵਿੱਚ ਵਿੱਚ ਕੋਈ ਪੁਲਿਸ ਕੋ ਕੋਈ ਸੂਚਨਾ ਦੀ ਇਸਕੇ ਬਾਰੇ ਉਸ ਕੋ ਸੂਚਨਾ ਦੇ ਦੀ ਹੈ ਸ਼ਹੀਦ ਬਾਬਾ ਅਹਿਮਦ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਚੋਰੀ ਹੋਈ ਜੀ ਮੈਂ ਬਾਹਰ ਪ੍ਰੋਗਰਾਮ 'ਤੇ ਗਿਆ ਸੀਗਾ ਬੱਚੇ 'ਤੇ ਸੀਗੇ ਦੋ ਪ੍ਰੋਗਰਾਮ ਸੀਗੇ ਜੀ ਇੱਥੇ ਅਤੇ ਦਰਬਾਰ ਸਾਹਿਬ ਖੁੱਲ੍ਹਾ ਸੀਗਾ ਬੱਚਿਆਂ ਨੂੰ ਪਤਾ ਲੱਗਿਆ ਬੱਚੇ ਉੱਪਰ ਚਲੇ ਗਏ ਪ੍ਰਸ਼ਾਦਾ ਛਕਣ ਵਾਸਤੇ ਅਤੇ 10-15 ਮਿੰਟਾਂ ਵਿੱਚ ਹੀ ਗੋਲ ਭੰਨ ਕੇ ਕੋਈ ਲੈ ਗਏ ਐਲ ਸੀ ਡੀ ਥੱਲੇ ਲੱਗੀ ਹੋਈ ਹੈ ਜੀ ਅਤੇ ਇਸ ਕਰਕੇ ਪਤਾ ਲੱਗਾ ਜੀ ਇਹਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਪਹਿਚਾਣ 'ਤੇ ਕੋਈ ਆਇਆ ਕੋਈ ਬੰਦਾ ਕੌਣ ਸੀ ਹਾਂਜੀ ਪਹਿਚਾਣ ਦੇ ਵਿੱਚ ਆਇਆ ਜੀ ਇੱਥੋਂ ਦਾ ਬੰਦਾ ਜੀ ਉਹ ਚਿੱਟਾ ਬਿੰਦਾ ਉਹ ਪਹਿਚਾਣ ਦੇ ਵਿੱਚ ਆਇਆ ਜੀ ਤੋ ਸੀ ਸੀ ਟੀ ਵੀ ਕੈਮਰਿਆਂ ਦੇ ਵਿੱਚ ਕੈਦ ਹੈ ਜੀ ਸਾਹਿਬਾਨ ਆਏ ਸੀਗੇ ਅਸੀਂ ਸਾਰੇ ਇਕੱਠੇ ਹੋ ਗਏ ਵੀ ਅਸੀਂ ਚੱਲ ਗੋਲਪ ਖੋਲਦੇ ਹਾਂ ਅਤੇ ਸਾਡੇ ਆਉਣ ਤੋਂ ਪਹਿਲਾਂ 15-20 ਮਿੰਟ ਪਹਿਲਾਂ ਇੱਥੋਂ ਗੁਆਂਢ ਦਾ ਹੀ ਆ ਮੁੰਡਾ ਪਾਸੇ ਦਾ ਮਗਲੀ ਗਲੀ ਦਾ ਉਹ ਤਕਰੀਬਨ ਸਾਡੇ ਤੋਂ ਅੱਧਾ ਕੁ ਘੰਟਾ ਪਹਿਲਾਂ ਸਾਡੇ ਕੋਲੋਂ ਗੋਲ ਖੋਲ ਕੇ ਪੱਟ ਕੇ ਜਿੰਦਰਾਂ ਦੇ ਪੈਸੇ ਲੈ ਗਏ ਸਾਰੇ ਕਿਤੇ ਕਿੰਨੇ ਰੁਪਏ ਲੈ ਗਏ ਅੰਦਾਜ਼ਾ ਹੋਊਗਾ 25,000 ਰੁਪਈਏ ਦੇ 20 ਤੋਂ 25 ਦੇ ਵਿੱਚ ਵਿੱਚ ਕੋਈ ਪੁਲਿਸ ਕੋ ਕੋਈ ਸੂਚਨਾ ਦੀ ਇਸਕੇ ਬਾਰੇ ਉਸ ਕੋ ਸੂਚਨਾ ਦੇ ਦੀ ਹੈ ਸ਼ਹੀਦ ਬਾਬਾ ਅਹਿਮਦ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਚੋਰੀ ਹੋਈ ਜੀ ਮੈਂ ਬਾਹਰ ਪ੍ਰੋਗਰਾਮ 'ਤੇ ਗਿਆ ਸੀਗਾ ਬੱਚੇ 'ਤੇ ਸੀਗੇ ਦੋ ਪ੍ਰੋਗਰਾਮ ਸੀਗੇ ਜੀ ਇੱਥੇ ਅਤੇ ਦਰਬਾਰ ਸਾਹਿਬ ਖੁੱਲ੍ਹਾ ਸੀਗਾ ਬੱਚਿਆਂ ਨੂੰ ਪਤਾ ਲੱਗਿਆ ਬੱਚੇ ਉੱਪਰ ਚਲੇ ਗਏ ਪ੍ਰਸ਼ਾਦਾ ਛਕਣ ਵਾਸਤੇ ਅਤੇ 10-15 ਮਿੰਟਾਂ ਵਿੱਚ ਹੀ ਗੋਲ ਭੰਨ ਕੇ ਕੋਈ ਲੈ ਗਏ ਐਲ ਸੀ ਡੀ ਥੱਲੇ ਲੱਗੀ ਹੋਈ ਹੈ ਜੀ ਅਤੇ ਇਸ ਕਰਕੇ ਪਤਾ ਲੱਗਾ ਜੀ ਇਹਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਪਹਿਚਾਣ 'ਤੇ ਕੋਈ ਆਇਆ ਕੋਈ ਬੰਦਾ ਕੌਣ ਸੀ ਹਾਂਜੀ ਪਹਿਚਾਣ ਦੇ ਵਿੱਚ ਆਇਆ ਜੀ ਇੱਥੋਂ ਦਾ ਬੰਦਾ ਜੀ ਉਹ ਚਿੱਟਾ ਬਿੰਦਾ ਉਹ ਪਹਿਚਾਣ ਦੇ ਵਿੱਚ ਆਇਆ ਜੀ ਤੋ ਸੀ ਸੀ ਟੀ ਵੀ ਕੈਮਰਿਆਂ ਦੇ ਵਿੱਚ ਕੈਦ ਹੈ ਜੀ